ਫਿਲੌਰ ਦੇ ਨਜ਼ਦੀਕ ਪਿੰਡ ਨਗਰ ਦੇ ਸਰਕਾਰੀ ਆਂਗਣਵਾੜੀ ਸੈਂਟਰ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਫਿਲੌਰ ਸ਼੍ਰੀਮਤੀ ਸ਼ਕੁੰਤਲਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਅੰਬੇਡਕਰ ਸੈਨਾ ਦੇ ਪ੍ਰਧਾਨ ਰਣਜੀਤ ਪਵਾਰ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। CDPO ਦਫ਼ਤਰ ਫਿਲੌਰ ਦੇ ਸਮੂਹ ਸਟਾਫ ਅਤੇ ਆਂਗਣਵਾੜੀ ਵਰਕਰ ਨੇ ਵੀ ਹਿੱਸਾ ਲਿਆ। ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਧੀਆਂ ਦੇ ਸਤਿਕਾਰ ਵਿੱਚ ਆਪੋ ਆਪਣੇ ਵਿਚਾਰ ਰੱਖੇ ਗਏ। ਇਸ ਲੋਹੜੀ ਦੇ ਤਿਉਹਾਰ ਵਿੱਚ ਡਾਕਟਰ ਸਤੀਸ਼ ਵੰਗੜ ਦੀ ਨਵਜੰਮੀ ਬੱਚੀ ਅਤੇ ਹੋਰ ਨਵਜੰਮੀ ਬੱਚਿਆਂ ਦੀਆਂ ਲੋਹੜੀ ਪਾਈ ਗਈ। ਬੱਚਿਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਰਣਜੀਤ ਪਵਾਰ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀਮਤੀ ਕੁਲਵੀਰ ਕੌਰ, ਸ਼੍ਰੀਮਤੀ ਭੁਪਿੰਦਰ ਕੌਰ, ਸ਼੍ਰੀਮਤੀ ਊਸ਼ਾ ਰਾਣੀ, ਸੁਪਰਵਾਈਜ਼ਰ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਡਾਕਟਰ ਸਤੀਸ਼ ਵੰਗੜ ਮੌਜੂਦ ਸਨ। ਏਪੀ ਨਿਊਜ਼ ਲਈ ਫਲੌਰ ਤੋਂ ਪ੍ਰਾਪਾਲ ਦੀ ਰਿਪੋਰਟ। ਜੈ ਭੀਮ, ਜੈ ਭਾਰਤ। ਮੈਂ ਰਣਜੀਤ ਪਵਾਰ, ਪ੍ਰਧਾਨ ਅੰਬੇਡਕਰ ਫੋਰਸ ਪੰਜਾਬ, ਆਪਣੇ ਅਤੇ ਆਪਣੇ ਸਮੁੱਚੀ ਟੀਮ ਵੱਲੋਂ ਪੰਜਾਬ ਸਰਕਾਰ ਅਤੇ CDPO ਫਲੌਰ ਦੇ ਇਸ ਮਹਾਨ ਉਪਰਾਲੇ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ, ਜੋ ਪਿੰਡ ਨਗਰ ਵਿਖੇ ਅੱਜ ਧੀਆਂ ਦੀ ਲੋਹੜੀ ਪਾਉਣ ਦਾ ਉਪਰਾਲਾ ਕੀਤਾ ਗਿਆ। ਮੈਂ ਸਾਰੀ ਹੀ CDPO ਦੀ ਸਮੁੱਚੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਜੇਕਰ ਇਹੋ ਜਿਹੇ ਅਸੀਂ ਉਪਰਾਲੇ ਸਮਾਜ ਦੇ ਵਿੱਚ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਧੀਆਂ ਅਤੇ ਪੁੱਤਰਾਂ ਦਾ ਜੋ ਸਤਿਕਾਰ ਹੈ ਉਹ ਬਰਾਬਰ ਹੋ ਜਾਵੇਗਾ। ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਜੀ ਦੇ ਹੁਕਮਾਂ ਦੇ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਫਿਲੌਰ ਜੀ ਦੀ ਰਹਿਨੁਮਾਈ ਦੇ ਹੇਠ ਅੱਜ ਪਿੰਡ ਨਗਰ ਦੇ ਆਂਗਨਵਾੜੀ ਸੈਂਟਰ ਦੇ ਵਿੱਚ ਧੀਆਂ ਦੀ ਲੋਹੜੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਧੀਆਂ ਦੀ ਲੋਹੜੀ ਦੇ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਅਤੇ ਧੀਆਂ ਦਾ ਸਮਾਜ ਦੇ ਵਿੱਚ ਅਨਿੱਖੜਵਾਂ ਅੰਗ ਉਹਦੇ ਬਾਰੇ ਜਿਹੜੇ ਵਿਚਾਰ ਲੋਕਾਂ ਦੇ ਨਾਲ ਸਾਂਝੇ ਕੀਤੇ ਗਏ। ਧੀਆਂ ਨੂੰ ਸਮਾਜ ਦੇ ਵਿੱਚ ਬੋਝ ਨਾ ਸਮਝ ਕੇ ਪਰਿਵਾਰ ਦਾ ਧੁਰਾ, ਦੋ ਪਰਿਵਾਰਾਂ ਦੇ ਸੁਮੇਲ ਦਾ ਧੁਰਾ ਜਿਹੜਾ ਉਹਨੂੰ ਸਮਝਣ ਵਾਸਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਧੀਆਂ ਦੇ ਜਨਮ 'ਤੇ ਜਿਹੜਾ ਘਰ ਦੇ ਵਿੱਚ ਸੋਗ ਦਾ ਮਾਹੌਲ ਨਹੀਂ ਅਪਣਾਉਣਾ ਚਾਹੀਦਾ। ਸਮਾਂ ਜਿਸੇ ਤਰ੍ਹਾਂ ਅਸੀਂ ਮੁੰਡਿਆਂ ਦੀ ਲੋਹੜੀ ਪਾਉਂਦੇ ਹਾਂ ਧੂਮ ਧੜੱਕੇ ਦੇ ਨਾਲ, ਇਸੇ ਤਰ੍ਹਾਂ ਹੀ ਜਿਸ ਘਰ ਦੇ ਵਿੱਚ ਬੇਟੀ ਦਾ ਆਗਮਨ ਹੁੰਦਾ ਹੈ ਉਸ ਘਰ ਦੇ ਵਿੱਚ ਉਸ ਬੇਟੀ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਜਿਵੇਂ ਅਸੀਂ ਮੁੰਡਿਆਂ ਦਾ ਧੂਣਾ ਵਾਲ ਕੇ ਲੋਹੜੀ ਦਾ ਪ੍ਰੋਗਰਾਮ ਕਰਦੇ ਹਾਂ, ਇਸੇ ਤਰ੍ਹਾਂ ਹੀ ਕੁੜੀਆਂ ਦਾ ਜਿਹੜਾ ਪ੍ਰੋਗਰਾਮ ਆ ਉਹ ਕੀਤਾ ਜਾਣਾ ਚਾਹੀਦਾ ਹੈ। ਸਮਾਜ ਦੇ ਵਿੱਚ ਜਿਹੜੀ ਲੜਕੀਆਂ ਦੀ ਘੱਟ ਰਹੀ ਗਿਣਤੀ ਆ ਉਹਦੇ ਪ੍ਰਤੀ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਤਾਂ ਕਿ ਧੀ ਅਤੇ ਪੁੱਤ ਦਾ ਫਰਕ ਮਿਟਾ ਕੇ ਇੱਕ ਤੰਦਰੁਸਤ ਸਮਾਜ ਦੇ ਵਿੱਚ ਤੰਦਰੁਸਤ ਬੱਚੇ ਦੀ ਜਿਹੜੀ ਆਮਦ ਆ ਉਹਦੇ ਬਾਰੇ ਆਪਣੇ ਵਿਚਾਰ ਜਿਹੜੇ ਆ ਉਹ ਲੋਕਾਂ ਦੇ ਨਾਲ ਸਾਂਝੇ।